हाँ जी भाई जी, सारा भी सत श्रीकाल जी। संदीप डेयरी फार्म थोड़ा बहुत बहुत वेलकम है जी। आज जी अपने विजिट हैगी है जी पिंड जैतो सरजा जी, जिला गुरदासपुर पैंदा, तहसील बटाला पैंती है जी। अज फिर आप बई सोनू जी कला चुके जी, अपना इन्होंने बई अगली वीडियो बनाई जी, अपना वधिया पशु होंगे जी। तो अज फिर बई कुछ पशु सेल है जी, बड़ी क्वालिटी वाली झूठियाँ पहले दूजे सूए जी। तो हूँ बई जी ने गलबात करिए, इन्हें प्राइस की आ ते की मिल्क रिकॉर्ड आ। उस तो पहले भी जी रिक्वेस्ट करता पहलों कि जोड़े भी पहले वीडियो देख रहे हैं उन्होंने मेरा रिक्वेस्ट है कि अपने चैनल में सबसक्राइब करें जी। तो घंटे बड़े जो दुकान तीजी टोर कैसट आ, इतने आओ एक टाइम दो टाइम चॉइस करो तो पास कर लेके जाओ। भी जी हर बार एक ही सवाल आता, दो टाइम चॉइस जरूर करो, आके दो तीन बार वीडियो देख के फिर पशु खरीदो। हम बई जी ने गलबात करिए जी। हम हाँ जी भाई, सत्या जी। ਹੋਰ ਬਾਜੀ ਕਿਦਾਂ ਜੀ? ਹਾਂਜੀ ਬਹੁਤ ਵਧੀਆ ਵਿੱਚ, ਠੀਕ ਠਾਕ ਜੀ। ਬਾਜੀ ਚੱਲਦਾ ਕਿਵੇਂ ਜੀ? ਹਾਂਜੀ ਠੀਕ ਆ ਵਿੱਚ। ਵੇਖ ਗਿਆ ਮੈਂ ਮਾਲ ਵਿੱਚ ਲਾਇਆ? ਹਾਂਜੀ ਕੁਛ ਵੇਖ ਗਿਆ, ਕੁਛ ਖੜੀਆਂ ਝੋਟੀਆਂ ਵਿੱਚ ਜੀ। ਠੀਕ ਹੈ, ਮੈਂ ਫਿਰ ਅੱਜ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਆਖਿਆ ਲੱਗੇ ਆਏ ਜੀ। ਹਾਂਜੀ ਹਾਂਜੀ, ਮੈਂ ਚੱਲ ਪਾ ਦੋ ਫੇਰ, ਕੋਈ ਗੱਲ ਨਹੀਂ। ਚਲੋ ਚਲੋ, ਝੋਟੀਆਂ ਨਾ ਪੰਜ ਛੇ ਵੇਚੀਆਂ ਸੀ, ਹੁਸ਼ਿਆਰਪੁਰ ਭੇਜਦੀਆਂ। ਠੀਕ ਹੈ ਜੀ। ਅੱਜ ਪੰਜ ਝੋਟੀਆਂ ਬਹੁਤ ਚੰਗੀਆਂ ਚੰਗੀਆਂ, ਇੱਕ ਤਾਂ ਝੋਟੀ ਅੱਜ ਹੀ ਸੂਈ ਹੈ ਮੇਰੇ ਕੋਲ। ਅੱਛਾ ਜੀ। ਹਾਂਜੀ, ਤੇ ਚੰਗੀਆਂ ਚੰਗੀਆਂ ਝੋਟੀਆਂ। ਤੇ ਇਹ ਕਿੰਨਾ ਬੋਲਾ ਬਾਜੀ? ਬੋਲਾ ਤਾਂ ਭਾਜੀ ਅੱਜ ਸਵੇਰੇ 4 ਕਿ ਕਿਲੋ ਕੱਢਿਆ ਜਾ, ਵੇਖ ਲਓ। देखो जी बहुत सारे झोटे जी, पहला सूआ, पहला सूआ जी, पहला सूआ चार भाजी। फिर किन्ने दुध कर जी थोड़े साल जी? सतारा अठारह किलो देना पहले। बिलकुल भाजी बिलकुल, नसल भाजी। फिर इनकी कीमत है? कीमत अच्छा, मौके से करा। चलो आ जाओ इधर आ जाओ। यह सूआ जी? मोहरा झोटी है जी, बाकी फल कटी जी कटा हाँ तो ला जी। हाँ देखो जी खान देखा है जी, पहले तो झोटी का जी। आ देखो ले, वाह देखो वाह,
ਠੀਕ दो दिन झोटी है जी आ जाओ आ जाओ तो भाजी बचा नहीं इन्हें मगर मगर कट्टी जे आली कट्टी है ना जी हाँ जी मगर आ वाली ठीक है जी ਇਹ ਵਰੂ ਗਿਆ ਜੀ ਹੋਰ ਇਹ 5 ਕਿਲੋ ਖੰਡ ਆ ਜੀ ਬਲਕਿ ਮੈਲੇ ਤੇ ਨਹੀਂ ਨਾ ਆਈ ਹੈ ਜੀ ਬਿਲਕੁਲ ਤਾਜ਼ੀ ਸੂਈ ਹੈ ਤਾਜ਼ੀ ਹੈ ਬਿਲਕੁਲ ਇਹ ਮੈਲੇ ਤੋਂ ਹੁਣ ਦੁੱਧ ਇਹਦੇ ਕੋ ਮਤਲਬ 14 ਕਿਲੋ ਚੋਣ ਵਾਲਾ ਹੈ ਜੀ ਠੀਕ ਹੈ ਭਾਜੀ ਜੀ ਹਾਂਜੀ ਤੇ ਇਹਦੀ ਭਾਜੀ ਕੀਮਤ ਫਿਰ 1,10,000 ਸਾਰੀ 1,10,000 ਸਿਰਫ ਸਾਰੀ ਕੱਟੀ ਵੇਚ ਲੋ ਦੋਂ ਦੀ ਬਾ ਠੀਕ ਹੈ ਜੀ ਹਾਂਜੀ ਆ ਝੋਟੀ ਪਹਿਲਾ ਸੂਆ 4 ਦੰਦ ਹਾਂਜੀ 15 ਕਿਲੋ ਇਹਦੇ ਕੋ ਦੁੱਧ ਹੋਣਾ ਰੈਡੀ ਹੈ ਜੀ ਅੱਛਾ 15 ਕਿਲੋ ਐਵੇਂ ਮੂੰਹ ਦੀਆਂ ਗੱਲਾਂ ਨਹੀਂ ਠੀਕ ਦੁੱਧ ਜਿਹੜਾ ਹੈਗਾ ਜੀ ਹਾਂਜੀ ਹੁਣ ਆ ਵੇਖ ਲੋ ਮਤਲਬ ਤੁਹਾਡੇ ਸਾਹਮਣੇ ਆ ਨਾ ਹਾਂ ਬੱਚਾ ਆ ਗਿਆ ਨਾ ਤੁਹਾਨੂੰ ਵਿਖਾ ਦਿਆ ਤੇ ਆ ਗਿਆ हां जी हां जी ਗਾਂ ਬੰਦ ਕੀਤੀ ਹੋਈ ਫਿਰ ਜੀ ਗਰਮੀ ਦਾ ਕੰਮ ਨਾ ਹੁਣ ਕਰਾਂਗੇ ਥੋੜੀ ਲੱਗੇ ਚੱਲ ਤਾਂ ਕਿ ਪਾ ਜੀ ਆਪਣੀ ਗਾਂ ਗਰਮੀ ਕੋ ਹਾਂਜੀ ਹਾਂ ਇੱਕੋ ਮੱਛੀ ਕੋ ਚੰਗੀ ਦੀ ਗੱਲ बड़ा सोना खान लगा जी ਤੇ ਬਾਜੀ ਫਿਰ ਇਹਦੀ ਕੀਮਤ ਜੀ ਕੀਮਤ ਨਹੀਂ ਜੀ ਆਦੀ ਦੀ ਝੋਟੀ ਤੇ ਆ ਜਾ ਆਪਦੀ ਜਿਹਦਾ 1.5 ਲੱਖ ਦੀ ਆ ਹਨਾ ਹਾਂਜੀ ਹਾਂਜੀ ਕਿਉਂ ਥਣ ਲਿਆ ਇਹੋ ਜਿਹਾ ਪਹਿਲਣਾ ਪੁਰਣਾ ਨੂੰ ਵੇਰ ਲਈਆਂ ਨੂੰ ਲੱਗਦਾ ਵੇਖੋ ਬਿਲਕੁਲ ਬਿਲਕੁਲ 1,20,000 ਦੀ ਸਾਰੀ ਜਿਹਦਾ 1,20,000 ਦੀ ਤੂੰ ਛੋਟ ਵੀ 500 ਕਰ ਦਾਂਗੇ ਬਾ ਠੀਕ ਹੈ ਜੀ ਆ ਜਾ ਆ ਝੋਟੀ ਪਹਿਲਾਂ ਆ ਗਈ ਹਾਂਜੀ ਇਹਦੇ ਕੋ ਵੀ ਦੁੱਧ 14 ਕਿਲੋ ਦੀ ਪਾ ਇਸ ਟਾਈਮ ਜੋਰੇ ਕੋਲ ਤੋਂ ਤਿਆਰ ਹੈ ਜੀ ਆ ਦੇਖੋ ਜੋਰੇ ਕੋਲ ਤੋਂ ਤਿਆਰ ਇਹਦੇ ਮਗਰ ਵੀ ਕੱਟੀ ਆ ਹਾਂਜੀ ਬਿਲਕੁਲ ਤਾਜ਼ੀ ਸੀ ਆ ਜਾ ਬਹੁਤ ਸੋਹਣੀ ਝੋਟੀ ਹੈ ਜੀ ਉਹ ਦੇਖੋ ਆ ਦੇਖੋ ਜੀ फूल वड्डी झोटी है कद कट वाली है जी आ जाओ हाँ जी ਇਹਦਾ ਮੁੱਲ ਵੀ ਜੀ ਜੋ ਮਰਜ਼ੀ ਕਰ ਜੀਗੇ 1,15,000 ਦੀ ਜੈਕਸਨ ਹੋਈ ਹੈ ਜੀ 1,15,000 ਦੀ 500 ਰੁਪਈਆ ਭਾਜੀ ਛੋਟ ਕਰ ਦਾਂਗੇ ਦੁੱਧ 14 ਕਿਲੋ ਜੀ ਭਾਜੀ ਹਾਂ ਜੀ ਵਧੂਗੀ ਵਧੂ ਹਣਾ ਜੀ ਜੀ ਵਧੂਗੀ ਬਾਕੀ ਸਾਫ ਸੁਥਰੀਆਂ ਢੋਟੀਆਂ ਸਾਰੀਆਂ ਆਹੀ ਹੈ ਜੀ ਐਵੇਂ ਹੀ ਅੱਜ ਤੇ ਲੋ ਵੇਖੋ ਜੀ ਬੜਾ ਸੋਹਣਾ ਰੇਟ ਕੀਤਾ ਬਾਈ ਜਣੇ ਨਾਲੇ ਚੰਗੀ ਕੁਆਲਿਟੀ ਝੋਟੀਆਂ ਬਿਲਕੁਲ ਨੋਰਮਲ ਜੀ 1,15 1,20 ਦੇ ਲਗਭਗ ਰੇਟ ਹੈ ਜੀ ਠੀਕ ਹੈ ਜੀ
ਤੇ ਫਿਰ ਵੀ ਦੋ ਟਾਈਮ ਚੁਆਈ ਕਰੋ ਹਨਾ ਭਾਜੀ ਕੁਆਲਿਟੀ ਵਾਲੀਆਂ ਝੋਟੀਆਂ ਜੇ ਵੇਖ ਲਓ ਹਾਂਜੀ ਹਾਂਜੀ ਨਸਲ ਵਾਲੀਆਂ ਨਸਲ ਜੀ ਪੂਰੇ ਐਵੇਂ ਗੱਲ ਕਹਿਣ ਦੀ ਤੇ ਨਹੀਂ ਵੀ ਦੇਸੀ ਪਿਓਰ ਮੋਹਰਾ ਦੀਆਂ ਜੇ ਕੁਆਲਿਟੀ ਸਿੰਗ ਫਲ ਲੈਵਾ ਵੇਖ ਲਓ ਬਹੁਤ ਚੰਗਾ ਚੰਗਾ ਹਾਂਜੀ ਹਾਂਜੀ ਬਿਲਕੁਲ ਜੀ ਜੇ ਚੰਗੀ ਵਿੱਦੀ ਲਿਆਵਾਂਗੇ ਤਾਂ ਚੰਗੀ ਗਾਹਕ ਨੂੰ ਦਵਾਂਗੇ ਬਿਲਕੁਲ ਜੀ ਬਿਲਕੁਲ ਭਾਜੀ ਬਾਕੀ ਵਿੱਦੀ ਬਸ ਐਵੇਂ ਮਾਰ ਜੀ ਹਾਂਜੀ ਨੰਬਰ ਨੰਬਰ ਵੀਰ ਜੀ ਮੇਰਾ 9878-94-754-4549 ਦੋਵਾਂ ਦੇ ਉੱਤੇ ਵਟਸਐਪ ਚੱਲਦਾ ਜੇ ਪਿੰਡ ਮੇਰਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਅੱਚਲ ਸਾਹਿਬ ਗੁਰਦੁਆਰਾ ਸਾਹਿਬ ਤੋਂ ਮਤਲਬ 3 ਕਿਲੋਮੀਟਰ ਜੇ ਨਾਗੀਆਣਾ ਸਾਹਿਬ ਤੋਂ ਵੀ 2.5-3 ਕਿਲੋਮੀਟਰ ਜੇ ਬਟਾਲਾ 8 ਕਿਲੋਮੀਟਰ ਰਹਿ ਗਿਆ ਮਹਿਤਾ ਚੌਂਕ ਵੀ 8-9 ਕਿਲੋਮੀਟਰ ਰਹਿ ਗਿਆ ਆਪਾਂ ਠੀਕ ਹੈ ਜੀ ਹਾਂਜੀ ਬਸ ਇਹੋ ਹੀ ਵੀਰ ਸਤਿ ਸ਼੍ਰੀ ਅਕਾਲ ਸਰ